ਅਸਲਾਮ ਵਾਲੇਕੁਮ ਦੋਸਤੋ, ਅੱਜ ਤੁਹਾਡੇ ਵਾਸਤੇ ਦੋ ਜਾਨਵਰਾਂ ਦੀ ਲਾਟ ਲਿਆਂਦੀ ਹੈ ਪਈ, ਇੱਕ ਬੱਕਰਾ ਅਤੇ ਇੱਕ ਪਾਠ। ਮਾਸ਼ਾਅੱਲਾ ਬਹੁਤ ਕੁਆਲਿਟੀ ਵਾਲੀ ਪਾਠੀ ਨੇ। ਉਮਰ ਇਹਦੀ ਇਹ ਪਈ ਕਨਫਰਮ 12 ਮਹੀਨਾ। ਜ਼ਿੰਦਾ ਦਾ ਵਜ਼ਨ 35 ਕਿਲੋ, ਕਨਫਰਮ 35 ਕਿਲੋ ਮਾਸ਼ਾਅੱਲਾ ਜ਼ਿੰਦਾ ਦਾ ਵਜ਼ਨ ਹੈ। ਅਤੇ 1 ਮਹੀਨੇ ਦੀ ਕਰਾਸ ਵੀ ਹੋਈ ਹੋਈ ਹੈ, 1 ਮਹੀਨੇ ਦੀ ਗੱਭਾ ਨੇ ਪਈ। ਅਤੇ ਬਹੁਤ ਜ਼ਬਰਦਸਤ ਮਾਸ਼ਾਅੱਲਾ ਕੁਆਲਿਟੀ ਵਾਲੀ ਪਾਠੀ ਨੇ। ਬਿਲਕੁਲ ਵੇਖੋ ਨਾ, ਤੋਤੇ ਫੇਸ 'ਚ, ਪੂਛਲ ਬਿਲਕੁਲ ਸਿੱਧੀ, ਅਤੇ ਐ ਥੱਲੋ ਤੁਹਾਨੂੰ ਤਾਲੀ ਵੀ ਖਾ ਰਿਹਾ ਕਿ ਮੋਟੀ ਥਣੀਆਂ ਦੇ ਵਿੱਚ ਪਈ ਨਜ਼ਰ ਆ ਰਹੀ ਹੈ ਨਾ, ਮੋਟੀ ਥਣੀਆਂ ਦੇ ਵਿੱਚ। ਅਤੇ ਮਾਸ਼ਾਅੱਲਾ ਕਨਫਰਮ ਹੈ, ਵੇਖੋ ਚੱਡਾ ਲਾਈ ਖਲੋ, ਅਤੇ ਕਨਫਰਮ ਕਰਾਸ ਹੈ। ਅਤੇ ਬਹੁਤ ਜ਼ਬਰਦਸਤ ਮਾਸ਼ਾਅੱਲਾ ਵੇਖੋ, ਸਿਹਤਮੰਦ ਐਕਟਿਵ, ਤੁਹਾਨੂੰ ਟੁਰਾ ਫਿਰਾ ਕੇ ਵਿਖਾ ਰਿਹਾ ਕਿ ਮਾਸ਼ਾਅੱਲਾ ਐਕਟਿਵ ਚੀਜ਼ ਹੈ ਪਈ। ਅਤੇ ਬਿਲਕੁਲ ਤੋਤਿਆ ਫੇਸ, ਵਾਈਟ ਅੱਖ ਦੇ ਵਿੱਚ, ਅਤੇ ਬਹੁਤ ਜ਼ਬਰਦਸਤ ਕੁਆਲਿਟੀ, ਚੰਗੀ ਜਾਲਰ, ਜਿਵੇਂ ਬੱਕਰਾਂ ਦੀ ਜਾਲਰ ਹੁੰਦੀ, ਥੱਲੇ ਤੀਕਰ ਜਾਲਰ ਹੈ ਪਈ। ਅਤੇ ਬਹੁਤ ਜ਼ਬਰਦਸਤ ਕੁਆਲਿਟੀ ਵਾਲੀ ਪਾਠੀ ਨੇ ਪਈ, ਜਿਹੜਾ ਮਾਸ਼ਾਅੱਲਾ ਰੱਖਸੀ ਉਹਦਾ ਸ਼ੌਂਕ ਪੂਰਾ ਕਰਸੀ। ਇਹ ਸ਼ੌਂਕ ਪੂਰਾ ਕਰਨ ਵਾਲੀ ਮਾਸ਼ਾਅੱਲਾ ਪਾਠ, ਬਹੁਤ ਜ਼ਬਰਦਸਤ, ਚੰਗੀ ਵੇਲ 'ਚ, ਵੇਲ ਹੀ ਚੈੱਕ ਕਰ ਰਹੇ ਨੇ, ਅਤੇ ਕੰਨਾਂ ਦੀ ਲੈਂਥ ਵੀ ਚੈੱਕ ਕਰ ਰਹੇ ਨੇ, ਚੰਗੀ ਕੰਨਾਂ ਦੇ ਲੈਂਥ ਵਾਲੀ ਮਾਸ਼ਾਅੱਲਾ ਚੀਜ਼ ਨੇ ਪਈ। ਜਿਹੜਾ ਮਾਸ਼ਾਅੱਲਾ ਪਹਿਲੇ ਕਾਲ ਕਰਸੀ ਉਹਨੂੰ ਜਾਇਦ ਮੁਨਾਸਿਬ ਰੇਟ ਤੇ ਮਿਲ ਸੀ, ਇਹ ਨਹੀਂ ਕਿ ਨਜਾਇਦ ਰੇਟ ਲਈ ਸੀ। ਇਨਸ਼ਾਅੱਲਾ ਜਿਵੇਂ ਬਾਈ ਰਾਜ਼ੀ ਹੋ ਸੀ ਉਵੇਂ ਕਰਸਾ। ਅਤੇ ਤੁਹਾਨੂੰ ਵਿਖਾ ਰਹੇ ਮਾਸ਼ਾਅੱਲਾ ਕਿ ਸਿਹਤਮੰਦ ਚੀਜ਼ ਹੈ, ਚੰਗੇ ਹਾਈਟ ਕੱਦ ਦੇ 'ਚ, ਇਹ ਛੋਟੀ ਨਹੀਂ ਹੈ ਵੀ ਜਿਵੇਂ ਬਾਅਦ ਲੋਕ ਛੋਟੀਆਂ ਦੇ ਲਓ ਜਨਾਬ ਚਾਰਾ ਵਗੈਰਾ ਖਾ ਰਹੀ ਹੈ, ਸਿਹਤਮੰਦ ਜਾਨਵਰ ਹੈ, ਕੋਈ ਨੁਕਸ ਸਾਹਿਬ ਜ਼ਰੀ ਦਾ ਵੀ ਨਹੀਂ ਆਉਣਾ। ਤੁਹਾਨੂੰ ਚੀਜ਼ ਵਿਖਾਈ ਹੈ, ਅੰਗ ਅੰਗ ਦਾ ਵਿਖਾਇਆ ਕਿ ਮਾਸ਼ਾਅੱਲਾ ਬਿਹਤਰੀਨ ਕੁਆਲਿਟੀ ਵਾਲੀ ਪਾਠ ਹੈ ਪਈ। ਅਤੇ ਪਹਿਲੇ ਸੁਬਹਾ ਇਸ ਦੇਵਣਾ ਪਿਆ, ਅਤੇ ਅੱਲਾ ਖੈਰ ਕੀਤੇ, ਉਹ ਬੱਕਰੀ ਹੈ ਜਿਹੜੀ 2 ਤੋਂ 2.5-3 ਕਿਲੋ ਦੁੱਧ ਦਿੰਦੀ ਹੈ ਮਾਸ਼ਾਅੱਲਾ, 2 ਟਾਈਮਾਂ ਦਾ, ਇਹ ਉਹ ਬੱਕਰੀਆਂ 'ਚ ਮਾਸ਼ਾਅੱਲਾ। ਅਤੇ ਬਹੁਤ ਕੁਆਲਿਟੀ, ਪੂਛਲ ਵੇਖੋ ਬਿਲਕੁਲ ਸਿੱਧਾ ਰੱਖੋ ਇਸ, ਅਤੇ ਬਹੁਤ ਜ਼ਬਰਦਸਤ ਚੀਜ਼ ਹੈ। ਜਿਹੜਾ ਬਾਈ, ਇਨਸ਼ਾਅੱਲਾ ਮੈਂ ਬਾਰ ਬਾਰ ਕਾਲ ਕਰ ਰਿਹਾ ਕਿ ਜਿਹੜਾ ਬਾਈ ਕਾਲ ਕਰ ਸੀ ਉਹਦੀ ਕਾਲ ਦੀ ਕਿੱਦਾਂ ਕਰਸਾ, ਔਰ ਬਿਲਕੁਲ ਜੇ ਮੁਨਾਸਿਬ ਰੈਡ ਲਈ ਸਾ, ਕੋਈ ਨਜਾਇਜ਼ ਰੈਡ ਨਹੀਂ ਲੈਣਾ। ਰੈਡ ਵੀ ਤੁਹਾਨੂੰ ਦੱਸ ਦੇਵੇ, ਇਸ ਪਾਟ ਦਾ ਜਿਹੜਾ ਬਾਈ ਲਵਣਾ ਚਾਹੇ 22,000 ਰੁਪਏ ਰੈਡ, ਕੋਈ 25-26 ਹਜ਼ਾਰ ਰੁਪਏ ਰੈਡ ਨਹੀਂ, ਔਰ ਮੂੰਹ ਬਿਲਕੁਲ ਖੀਰੀ ਪਾਟੇ। ਅਤੇ ਲਓ ਜਨਾਬ, ਹੁਣ ਤੁਹਾਨੂੰ ਬੱਕਰਾ ਵੀ ਕਹਿੰਦੇ ਆ, ਬਲੈਕ ਬੀਤਲ 'ਚ, ਉਮਰ ਕਨਫਰਮ 8 ਮਹੀਨੇ ਦੀ ਉਮਰ ਹੈ। ਅਤੇ ਬਹੁਤ ਮਾਸ਼ਾਅੱਲਾ ਐਕਟਿਵ, ਸਿਹਤਮੰਦ ਹੈ, ਵੇਖੋ ਚਾਰਾ ਖਾ ਰਹੀ ਹੈ, 8 ਮਹੀਨੇ ਉਮਰ ਨੇ ਪਈ, ਵਾਈਟ ਅੱਖ ਦੇ ਵਿੱਚ, ਦੋਮ ਵੇਖੋ ਬਿਲਕੁਲ ਸਿੱਧੀ ਰੱਖੀ, ਅਤੇ ਕੁਆਲਿਟੀ ਵਾਲਾ ਮਾਸ਼ਾਅੱਲਾ ਬੱਚਾ ਨੇ ਪਿਆ, ਅਤੇ ਬਹੁਤ ਜ਼ਬਰਦਸਤ ਕੁਆਲਿਟੀ ਦਾ ਪਿਆ। ਜਿਹੜਾ ਬਾਈ ਇਨਸ਼ਾਅੱਲਾ ਕਾਲ ਕਰੋ, ਦੀ ਕਾਲ ਦੀ ਕਦਰ ਕਰ ਸਕਦਾ, ਸਿਰਫ 17,000 ਰੁਪਏ ਦਾ ਲਿਸਾ, ਕੋਈ ਨਜਾਇਜ਼ ਰਾਜ ਨਹੀਂ ਲੈਣਾ, 17,000 ਰੁਪਇਆ, ਕੋਈ ਨਹੀਂ ਤੁਹਾਨੂੰ ਆਖਣਾ ਕਿ 22,000 ਦਿਓ ਜਾਂ 23,000, 17,000 ਰੁਪਇਆ, ਜਾਂ ਫਿਰ ਵੀ ਤੁਹਾਨੂੰ ਰਿਆਇਤ ਕਰ ਸਕਦਾ, ਤੁਹਾਡੇ ਨਾਲ ਨਜਾਇਜ਼ਗੀ ਨਹੀਂ ਕਰਨੀ। ਇਹ ਬਾਈਆਂ ਦੀ ਕਦਰ ਕਰ ਰਹੇ ਹਾਂ, ਜਿਹੜੀ ਬੱਕਰੀ ਪਾਠ ਮੈਂ ਤੁਹਾਨੂੰ ਵਿਖਾਈ ਹੈ, ਮਾਸ਼ਾਅੱਲਾ ਕਨਫਰਮ ਕਰਾਸ ਵੀ ਨਹੀਂ ਪਈ, ਉਹੀ ਤੁਹਾਨੂੰ ਬਿਲਕੁਲ ਜਾਇਜ਼ ਮੁਨਾਸਿਬ ਰਾਜ ਲਾਇਆ, ਫਿਰ ਵੀ ਇਨਸ਼ਾਅੱਲਾ ਰਿਆਇਤ ਕਰ ਸਕਦਾ ਉਹਨਾਂ ਉਹਦੇ ਵਿੱਚ ਵੀ। ਅਤੇ ਲਓ ਜਨਾਬ, ਚੈੱਕ ਕਰ ਰਹੇ ਨੇ, ਮਾਸ਼ਾਅੱਲਾ ਸਿਹਤਮੰਦ ਜਾਨਵਰ ਹੈ, ਐਕਟਿਵ ਹੈ ਪਿਆ, ਚਾਰਾ ਵਗੈਰਾ ਖਾ ਰਹੀ ਹੈ, ਕੋਈ ਨੁਕਸ ਸਾਹਿਬ ਨਹੀਂ ਆਉਣਾ। ਜਿਹਦੇ ਜਿਹਦੇ ਹੁਣ ਚਾਰਾ ਲੈ ਕੇ ਟੁਰਸੀ, ਇਨਸ਼ਾਅੱਲਾ ਬੱਕਰਾ ਹੀ ਉਹਦੇ ਉੱਤੇ ਟੁਰਸੀ, ਕੋਈ ਨੁਕਸ ਸਾਹਿਬ ਵਾਲੀ ਗੱਲ ਕੋਈ। ਲਓ ਜਨਾਬ, ਚੈੱਕ ਕਰ ਰਹੇ ਨੇ, ਬਾਅਦ ਉਹਨਾਂ ਦੀ ਲੱਤਾਂ ਡਿੰਗੀਆਂ ਵਾਲੇ ਬੱਕਰੇ, ਉਹਨਾਂ ਦੀ ਜੇ ਕੋਈ ਮਸਲਾ ਮਸਾਇਲ ਹੁੰਦਾ, ਕੋਈ ਮਸਲਾ ਮਸਾਇਲ ਨਹੀਂ ਆਉਣਾ। ਇਨਸ਼ਾਅੱਲਾ 100% ਐਕਟਿਵ ਔਰ ਸਿਹਤਮੰਦ ਜਾਨਵਰ ਹੈ, ਤੁਹਾਨੂੰ ਵਿਖਾ ਰਹੇ ਹਾਂ ਕਿ ਮਾਸ਼ਾਅੱਲਾ ਚਾਰਾ ਖਾ ਰਹੀ ਹੈ, ਔਰ ਬਹੁਤ ਜ਼ਬਰਦਸਤ ਡਬਲ ਹੱਡੀ ਦੇ ਵਿੱਚ। ਜਿਹੜਾ ਬਾਈ ਇਨਸ਼ਾਅੱਲਾ ਪਹਿਲੇ ਕਾਲ ਕਰ ਸੀ, ਕਾਲ ਦੀ ਕਦਰ ਕਰਸਾ, ਜਿਵੇਂ ਰਾਜ਼ੀ ਹੋ ਸੀ ਉਵੇਂ ਕਰਸਾ ਇਨਸ਼ਾਅੱਲਾ।